ਆਪਣੇ ਕਾਰੋਬਾਰ ਛੱਡ ਕੇ ਦਫ਼ਤਰ ਦੇ ਵਿੱਚ ਪੂਰਾ ਧਿਆਨ ਦੇ ਰਹੇ ਆ। ਬਹੁਤ ਇਸ ਵੇਲੇ ਇਹਨਾਂ ਦੀ ਇੱਕ ਸੋਚ ਆ ਵੀ ਅਸੀਂ ਸੋਮ ਪ੍ਰਕਾਸ਼ ਪਾਲ ਜੀ ਨੂੰ ਫਗਵਾੜੇ ਤੋਂ ਜਿਤਾ ਕੇ ਲੋਕ ਸਭਾ ਹਲਕੇ ਤੋਂ ਜਿਤਾ ਕੇ ਉਹਨਾਂ ਨੂੰ ਆਪਾਂ ਲੋਕ ਸਭਾ ਚ ਭੇਜੀਏ। ਬਹੁਤ ਮਿਹਨਤ ਦੇ ਨਾਲ ਇਹ ਕੰਮ ਕਰ ਰਹੇ ਆ। ਅੱਜ ਵੀ ਤੁਸੀਂ ਇੰਨੀ ਕਤਾਰ ਦੇ ਵਿੱਚ ਸਾਡੀਆਂ ਭੈਣਾਂ ਵੀਰ ਦੋਸਤ ਬੈਠੇ ਆ। ਇਹੀ ਆ ਕਿ ਜੇ ਪਰਮਜੀਤ ਖਰਾਨਾ ਜੀ ਆਪਣੇ ਏਰੀਏ ਚ ਕੰਮ ਕਰ ਰਹੇ ਆ। ਸਾਨੂੰ 10 ਸਾਲ ਮਿਲੇ ਭਾਰਤੀ ਜਨਤਾ ਪਾਰਟੀ ਨੂੰ, ਬਹੁਤ ਅਸੀਂ ਕੰਮ ਕੀਤਾ, ਡਿਵੈਲਪਮੈਂਟ ਕੀਤੀ, ਵਿਕਾਸ ਕੀਤਾ। ਸਾਨੂੰ 5 ਸਾਲ ਹੋਰ ਮਿਲ ਜਾਂਦੇ ਸ਼ਾਇਦ ਅਸੀਂ ਜਿਹੜੇ ਮਾੜੇ ਮੋਟੇ ਕੰਮ ਅਜੂੜੇ ਸੀ ਉਹ ਵੀ ਪੂਰੇ ਕਰਨੇ ਸੀ। 27 ਕਰੋੜ ਰੁਪਇਆ ਜਿਹੜਾ ਸਾਡਾ ਇਹ ਸਰਕਾਰ ਨੇ ਆਂਦੇ ਹੀ ਵਾਪਸ ਲੈ ਗਈ, 11 ਕਰੋੜ ਰੁਪਇਆ ਹੋਰ ਸਾਡਾ ਦਾ ਵਾਪਸ ਲੈ ਗਈ। ਜੇ ਸਾਨੂੰ ਇਹ 38 ਕਰੋੜ ਰੁਪਇਆ ਮਿਲ ਜਾਂਦਾ ਤਾਂ ਅਸੀਂ ਸ਼ਹਿਰ ਦੇ ਵਿੱਚ ਜਿਹੜਾ ਡਿਵੈਲਪਮੈਂਟ ਵਿਕਾਸ ਦੇ ਜਿਹੜੇ ਕੰਮ ਸੀ ਪੈਂਡਿੰਗ ਉਹ ਅਸੀਂ ਪੂਰੇ ਕਰਦੇ ਸੀ। ਤੁਸੀਂ ਪਿਛਲੇ ਦਿਨ ਦੇਖਿਆ ਸਿੱਧੂ ਸਾਹਿਬ ਇੱਥੇ ਆਏ ਸੀ ਫਗਵਾੜੇ ਦੇ ਵਿੱਚ, ਅਸੀਂ ਆਡੀਟੋਰੀਅਮ ਬਣਾਇਆ, ਅਸੀਂ ਸਟੇਡੀਅਮ ਬਣਾਇਆ, ਕਾਰ ਪਾਰਕਿੰਗ ਬਣਾਈ, ਉਹਦੇ ਵਿੱਚ ਆ ਕੇ ਧੱਕੇ ਨਾਲ ਹੀ ਉਦਘਾਟਨ ਕਰ ਗਏ। ਮੈਂ ਉਹਨਾਂ ਤੇ ਹਾਈ ਕੋਰਟ ਦੇ ਵਿੱਚ ਰਿਟ ਕੀਤੀ ਵੀ ਬੈਨੀਫਿਟ ਤਾਂ ਸਾਡਾ ਬਣਦਾ, ਮੇਅਰ ਦਾ ਬਣਦਾ ਤਾਂ ਸਾਡੇ ਵਿਧਾਇਕ ਦਾ ਬਣਦਾ, ਤੁਸੀਂ ਆ ਕੇ ਧੱਕੇ ਨਾਲ ਹੀ ਉੱਥੇ ਉਦਘਾਟਨ ਕਰ ਦਿਓ। ਚੋਣ ਨਿਕਲ ਵੱਧ ਚੁੱਕਾ ਹੈ ਔਰ ਇਸ ਵੇਲੇ ਹਾਲਾਤ ਇਹ ਨੇ ਕਿ ਹਰ ਉਮੀਦਵਾਰ ਹਰ ਮੁਕਾਬਲੇ ਦੇ ਵਿੱਚ ਅੱਗੇ ਆਉਣਾ ਚਾਹੁੰਦਾ ਹੈ ਔਰ ਅਸੀਂ ਖੜੇ ਹਾਂ ਵਾਰਡ ਨੰਬਰ 47 ਫਗਵਾੜਾ ਦੇ ਵਿੱਚ। ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਇਹ ਅਕਾਲੀ ਭਾਜਪਾ ਗੱਠਜੋੜ ਦੇ ਕੌਂਸਲਰ ਪਰਮਜੀਤ ਸਿੰਘ ਖੁਰਾਨਾ ਦਾ ਵਾਰਡ ਹੈ ਅਤੇ ਇਸ ਵਾਰਡ ਦੇ ਵਿੱਚ ਕਾਫੀ ਵਿਕਾਸ ਕਾਰਜ ਨੇ ਔਰ ਐਮ ਪੀ ਔਰ ਖਾਸ ਤੌਰ ਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਵਿਕਾਸ ਦੇ ਕਾਰਜ ਦੇਖੇ ਜਾਣਗੇ ਅਤੇ ਇਸ ਨਾਲ ਗੱਠਜੋੜ ਨੂੰ ਇਸ ਵਾਰਡ ਵਿੱਚੋਂ ਚੰਗਾ ਫਾਇਦਾ ਹੁੰਦਾ ਦਿਸ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ 2012 ਵਿੱਚ ਆਈ ਐਸ ਤੋਂ ਸੇਵਾ ਮੁਕਤ ਸੋਮ ਪ੍ਰਕਾਸ਼ ਉਹਨਾਂ ਨੇ ਜਦੋਂ ਪਹਿਲੀ ਵਾਰ ਫਗਵਾੜਾ ਵਿੱਚ ਕਦਮ ਰੱਖਿਆ ਸੀ ਤੇ ਉਹਨਾਂ ਨੇ ਵਿਕਾਸ ਨੂੰ ਹੀ ਮੁੱਦਾ ਬਣਾਇਆ ਸੀ ਅਤੇ 2012 ਤੋਂ 2017 ਤੱਕ ਕੀਤੇ ਵਿਕਾਸ ਕਾਰਜ ਹੀ ਉਹਨਾਂ ਦੇ ਅੱਗੇ ਕੰਮ ਆਏ ਅਤੇ 2017 ਵਿੱਚ ਜਦੋਂ ਪੰਜਾਬ ਅੰਦਰ ਕਾਂਗਰਸ ਅਤੇ ਆਪ ਦੀ ਨੇਰੀ ਚੱਲ ਰਹੀ ਸੀ ਉਸ ਵੇਲੇ ਭਾਜਪਾ ਦੀਆਂ 3 ਜੋ ਸੀਟਾਂ ਜਿੱਤੀਆਂ ਸਨ ਪੰਜਾਬ ਵਿੱਚੋਂ, ਉਹਨਾਂ ਵਿੱਚੋਂ ਇੱਕ ਫਗਵਾੜਾ ਸੀਟ ਵੀ ਸ਼ਾਮਲ ਸੀ। ਦੇਖਦੇ ਹਾਂ ਇਸ ਰੈਲੀ ਦੇ ਵਿੱਚ ਵੱਡੇ ਲੀਡਰ ਨੇ ਭਾਜਪਾ ਦੇ ਅਕਾਲੀ ਦਲ ਦੇ ਲੀਡਰ ਵੀ ਪਹੁੰਚਣਗੇ। ਦੇਖਦੇ ਹਾਂ ਕਿ ਕਿਹੋ ਜਿਹੇ ਵਿਕਾਸ ਕਾਰਜ ਹੋਏ ਨੇ ਅਤੇ ਉਹਨਾਂ ਵਿਕਾਸ ਕਾਰਜਾਂ ਨੂੰ ਦੇਖ ਕੇ 19 ਤਰੀਕ ਨੂੰ ਜਦੋਂ ਚੋਣਾਂ ਹੋਣੀਆਂ ਨੇ ਅਤੇ ਵੋਟਰ ਕਿੱਧਰ ਰੁਝਾਨ ਦਿੰਦੇ ਨੇ ਇਹ ਤਾਂ ਭਵਿੱਖ ਤੈਅ ਕਰੇਗਾ, ਪਰ ਅਸੀਂ ਗਰਾਊਂਡ ਲੈਵਲ ਤੇ ਵੋਟਰਾਂ ਨਾਲ ਵੀ ਗੱਲ ਕਰਦੇ ਹਾਂ ਕਿ ਕੀ ਸੋਚਦੇ ਨੇ ਇਹਨਾਂ ਚੋਣਾਂ ਨੂੰ ਲੈ ਕੇ ਔਰ ਖਾਸ ਤੌਰ ਤੇ ਕੁਛ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਵੋਟ ਦੀ ਅਹਿਮੀਅਤ ਨੂੰ ਉਹ ਕਿੰਨਾ ਜਾਣਦੇ ਨੇ। ਹਿੰਦੁਸਤਾਨ ਇੱਕ ਨਵੀਂ ਸਰਕਾਰ ਦਾ ਗਠਨ ਹੋ ਜਾ ਰਿਹਾ ਜਿਸਦਾ ਰਿਜ਼ਲਟ 23 ਨੂੰ ਆਉਣਾ। ਇੱਥੋਂ ਸਾਡੇ ਹਾਈਕਮਾਂਡ ਬੀਜੇਪੀ ਨੇ ਹੁਸ਼ਿਆਰਪੁਰ ਤੋਂ ਸਾਡੇ ਹਰਮਨ ਪਿਆਰੇ ਸ਼੍ਰੀ ਸੋਮ ਪ੍ਰਕਾਸ਼ ਜੀ ਨੂੰ ਉੱਥੋਂ ਟਿਕਟ ਦੇ ਕੇ ਉਮੀਦਵਾਰ ਬਣਾਇਆ। ਸ਼੍ਰੀ ਸੋਮ ਪ੍ਰਕਾਸ਼ ਜੀ ਬਾਰੇ ਤਾਂ ਤੁਹਾਨੂੰ ਕੁਛ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਆਪਣੇ ਹਰਮਨ ਪਿਆਰੇ, ਇਹਨਾਂ ਦੇ ਸਾਰਾ ਸ਼ਹਿਰ ਜਾਣਦਾ, ਸਾਰਾ ਸ਼ਹਿਰ ਕੀ ਪੂਰਾ ਪੰਜਾਬ ਜਾਣਦਾ ਕਿ ਜਿੰਨਾ ਗੁਆੜੇ ਬਕਵਾਸ ਰਿਹਾ ਉਹ ਸਾਰਾ। ਜਿਹੜੀ ਇੱਕ ਵੋਟ ਹੈਗੀ ਆ ਕਮਲ ਦੇ ਫੁੱਲ ਤੇ ਪੈਣੀ ਆ ਕਿਉਂਕਿ ਇਹਨਾਂ ਵੱਲੋਂ ਜੋ ਮੈਨੂੰ ਵਿਸ਼ਵਾਸ ਔਰ ਇਸ ਇਲਾਕੇ ਦੇ ਵਿੱਚੋਂ ਲੋਕਾਂ ਦੇ ਵਿਸ਼ਵਾਸ ਹੈਗਾ ਉਹ ਬਹੁਤ ਇਹਨਾਂ ਨੇ ਮੈਨੂੰ ਸਾਥ ਦਿੱਤਾ। ਜਦੋਂ ਵੀ ਇਸ ਇਲਾਕੇ ਵਿੱਚ ਜੋ ਵੀ ਕੰਮ ਕਰਵਾਏ ਆ ਸ਼੍ਰੀ ਸੋਮ ਪ੍ਰਕਾਸ਼ ਜੀ ਕੈਂਸੀ ਨੇ ਕਰਾਏ ਆ ਕਿਉਂਕਿ ਤੁਸੀਂ ਮੈਨੂੰ ਕੌਂਸਲ ਚੌਂਕੀ ਭੇਜਿਆ ਮਿਊਂਸੀਪਲ ਨਗਰ ਨਿਗਮ ਦੇ ਵਿੱਚ, ਬਹੁਤ ਵੱਡੀ ਇਹਨਾਂ ਨੇ
ਮੈਨੂੰ ਇਸ ਇਲਾਕੇ ਵਾਸਤੇ ਗ੍ਰਾਂਟ ਦਿੱਤੀ ਹੈ। ਮੈਂ ਸੋਮ ਪ੍ਰਕਾਸ਼ ਸਿੰਘ ਨੂੰ ਜੋ ਮੰਗਿਆ ਮੈਂ ਅੱਧੀ ਰਾਤ ਨੂੰ ਜਾ ਕੇ ਇਹਨਾਂ ਨੂੰ ਕਿਹਾ ਕਿ ਟਿਊਬਵੈਲ ਦੇ ਦੇਣ, ਕਿਹਾ ਟਿਊਬਵੈਲ ਲੱਗੀ ਗਿਆ। ਸਿਰਫ 50 ਵਾਰਾਂ ਦੇ ਵਿੱਚੋਂ 11 ਟਿਊਬਵੈਲ ਸੀਗੇ, ਇੱਕ ਟਿਊਬਵੈਲ ਆਪਾਂ ਨੂੰ ਮਿਲਿਆ। ਮਨਸਾ ਦੇਵੀ ਦੇ ਚਾਰੇ ਪਾਸੇ ਸੜਕਾਂ ਦੀ ਡਿਵੈਲਪਮੈਂਟ ਹੋਈ, ਹੋਰ ਵੀ ਜੋ ਵੀ ਸੀਵਰੇਜ ਪੈਣ ਵਾਲੇ ਸੀਗੇ, ਲਾਈਟਾਂ ਦੇ ਕੰਮ ਸੀਗੇ, ਹਾਲੇ ਬਹੁਤ ਗ੍ਰਾਂਟ ਲਗਭਗ ਮੇਰੇ ਕੋਲ 80-90 ਲੱਖ ਰੁਪਏ ਦੀ ਹਾਲੇ ਗ੍ਰਾਂਟ ਬਕਾਇਆ ਪਈ ਆ। ਜਿਸ ਜਗ੍ਹਾ ਤੇ ਆਪਾਂ ਬੈਠੇ ਆ ਇਹ 19 ਲੱਖ ਰੁਪਏ ਦਾ ਪਾਰਕ ਆ, ਇਹ 4 ਦੀਵਾਰੀ ਹੋ ਗਈ ਆ, ਪਰ ਕੁਛ ਬੰਦੇ ਇਸ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸੀ, ਇਹ ਸਾਰੇ ਇਲਾਕਾ ਵਾਸੀਆਂ ਨੂੰ ਪਤਾ ਆ, ਪਰ ਮੈਂ ਕਬਜ਼ਾ ਨਹੀਂ ਹੋ ਗਿਆ। ਇਸ ਨੂੰ ਮੈਂ ਬਹੁਤ ਜਲਦੀ ਬਣਾਉਣਾ, ਯਕੀਨ ਆ ਕਿ ਲੋਕ ਮੇਰਾ ਸਾਥ ਦੇਣਗੇ, ਔਰ 19 ਤਰੀਕ ਨੂੰ ਕਮਲ ਦੇ ਫੁੱਲ ਦੇ ਇੱਕ ਇੱਕ ਵੋਟ ਪਾ ਕੇ ਸ੍ਰੀ ਸੋਮ ਪ੍ਰਕਾਸ਼ ਜੀ ਨੂੰ ਕਾਮਯਾਬ ਕਰਨਾ। ਤੁਹਾਡੀ ਕਾਮਯਾਬੀ ਹੋਊਗੀ, ਤੁਸੀਂ ਕਹੋਗੇ ਕਿੰਨੀ ਗ੍ਰਾਂਟ ਚਾਹੀਦੀ ਆ, ਕਿਉਂਕਿ ਜਦੋਂ ਮੈਂਬਰ ਪਾਰਲੀਮੈਂਟ ਬਣ ਜਾਂਦਾ MLA ਦੀ ਤਾਂ ਲਿਮਿਟ ਘੱਟ ਹੁੰਦੀ ਆ, ਜਦੋਂ MP ਬਣ ਜਾਂਦਾ ਇਹਨਾਂ ਦੇ ਫਿਰ ਤਾਂ ਖੁੱਲੇ ਗੱਫੇ ਹੋਣੇ, ਜੋ ਕਹੋਗੇ ਜਿੰਨੀਆਂ ਸੜਕਾਂ ਕਹੋਗੇ ਸਾਰੀਆਂ ਪੁੱਟ ਕੇ ਦੁਬਾਰਾ ਬਣਾ ਲਏ। ਪਾਰਟੀ ਨੇ ਟਿਕਟ ਦਿੱਤਾ, ਆਪਾਂ ਟਿਕਟ ਦੇਣ ਤੋਂ ਬਾਅਦ ਹੁਣ ਆਪਣੀ ਡਿਊਟੀ ਬਣਦੀ ਹੈ ਐਟਲੀਸਟ ਗੁਰਦੁਆਰੇ ਤੋਂ ਵੱਧ ਜਿੰਨਾ ਮਾਰਕੀਟ ਹੋ ਸਕੇ ਆਪਾਂ ਸਮਝ ਆਪਾਂ ਚੀਤੀ ਇੰਨਾ ਕੋਰਟ ਦੇ ਉੱਤੇ ਬਿਤਾਈਏ ਤਾਂ ਜੋ ਕਿਸੇ ਬਾਕੀ ਕੰਸੀ ਤੋਂ ਜੋ ਵੀ ਰਹਿ ਵੀ ਜਾਵੇ ਉਹ ਇਹ ਪੂਰੀ ਕਰਦੇ। ਮੇਰਾ ਇਸ ਇਲਾਕੇ ਦੇ ਨਾਲ ਇਸ ਆਬਾਦ ਦੇ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਜਦੋਂ ਮੈਂ ਇੱਥੇ ਆਇਆ ਸੀ ਪਹਿਲਾਂ ਕੋਈ ਸੜਕ ਇੱਥੇ ਨਹੀਂ ਹੁੰਦੀ ਸੀ, ਅੱਜ ਇਹ ਪੂਰਨ ਤੌਰ ਤੇ ਵਿਕਾਸ ਹੋਇਆ ਇਲਾਕਾ ਹੈ। ਇੱਥੇ ਸੜਕਾਂ ਵੀ ਹੋਈਆਂ, ਖੇਤਾਂ ਵੀ ਲੱਗੀਆਂ, ਸੀਵਰੇਜ ਵੀ ਹੋਇਆ, ਪਾਣੀ ਦਾ ਪ੍ਰਬੰਧ ਵੀ ਹੋਇਆ, ਇੱਕ ਵਿਕਸਿਤ ਇਲਾਕਾ ਨੂੰ ਕਹਿ ਸਕਦੇ ਹਾਂ। ਮੈਨੂੰ ਸੰਤੁਸ਼ਟੀ ਹੈ ਕਿ ਮੈਂ ਇਸ ਇਲਾਕੇ ਦਾ ਕੰਮ ਕਰ ਸਕਿਆ, ਔਰ ਤੁਸੀਂ ਹਮੇਸ਼ਾ ਮੈਨੂੰ ਮਾਣ ਵੀ ਦਿੱਤਾ। ਪਿਛਲੀਆਂ 14 ਮੈਨੂੰ ਦੁਬਾਰਾ ਜਿਤਾ ਕੇ, ਜਦੋਂ ਸਾਰੇ ਪੰਜਾਬ ਵਿੱਚ ਉਲਟ ਗੇੜੀ ਚੱਲਦੀ ਸੀ ਤੁਸੀਂ ਮੈਨੂੰ ਜਿਤਾਇਆ, ਮੈਂ ਅਹਿਸਾਨ ਮੰਗਦਾ ਤੁਹਾਡਾ ਸ਼ੁਕਰਗੁਜ਼ਾਰ ਵੀ ਹੈ। ਅੱਜ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ, ਬਹੁਤ ਵਿਸਤਾਰ ਨਾਲ ਰਾਜ ਸਾਹਿਬ ਨੇ ਤੁਹਾਨੂੰ ਦੱਸਿਆ, ਮੈਂ ਤਾਂ ਇੱਕੋ ਗੱਲ ਕਰਨੀ ਆ ਵੀ ਅੱਜ ਨਿਰਣਾ ਕਿਆ ਕਰਨਾ ਹੈ। ਚੋਣਾਂ ਮਿਊਨਸਪਲ ਕਮੇਟੀਆਂ ਦੀਆਂ ਨਹੀਂ, MLA ਦੀ ਵੀ ਨਹੀਂ, MP ਦੀ ਵੀ ਗੱਲ ਨਹੀਂ। ਅੱਜ ਫੈਸਲਾ ਇਹ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣੇਗਾ, ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ। ਕੋਈ ਵਿਅਕਤੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ, ਮੇਰੇ ਖਿਆਲ ਕੋਈ ਹੱਥ ਨਹੀਂ ਖੜਾ ਕਰ ਸਕਦਾ। ਮੇਰੀ ਬੇਨਤੀ ਹੈ ਜੇ ਲੋਕ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਨੇ, ਇੱਕ ਵਾਰੀ ਹੱਥ ਖੜੇ ਕਰ ਦਿਓ। ਭਾਰਤੀ ਜਨਤਾ ਪਾਰਟੀ ਤੁਹਾਡੇ ਹੱਥ ਖੜੇ ਕਰਨ ਵਾਲਾ ਇੱਕ ਵੱਡਾ ਫੈਸਲਾ ਜਿਹੜਾ ਜਿਸ ਮੰਤਵ ਲਈ ਅਸੀਂ ਇੱਥੇ ਆਏ ਹਾਂ, ਮੈਂ ਉਹ ਫੈਸਲਾ ਹੋ ਗਿਆ। ਇਸੇ ਤਰ੍ਹਾਂ ਕੱਲ 5-7 ਦਿਨ ਤੋਂ ਇਲਾਕੇ ਜਾ ਰਿਹਾ, ਹਰ ਇੱਕ ਜਗ੍ਹਾ ਵੱਡੇ ਵੱਡੇ ਜਲਸੇ ਕਰਕੇ ਲੋਕੀ ਦੋਨੇ ਹੱਥ ਖੜੇ ਕਰਕੇ ਜ਼ੋਰਦਾਰ ਜੈਕਾਰਾ ਲਾ ਕੇ ਕਹਿੰਦੇ ਨੇ ਇਹ ਨਰਿੰਦਰ ਮੋਦੀ ਦੀ ਸਰਕਾਰ ਦੁਬਾਰਾ ਬਣਾਉਣੀ। ਤਗੜਾ ਅਹਿਸਾਨ ਹੈ ਮੇਰੇ ਸਿਰ ਤੇ, ਔਰ ਮੈਂ ਵਚਨ ਦਿੰਦਾ ਕਿ ਜਿੰਨਾ ਚਿਰ ਮੈਂ ਤੁਹਾਡੀ ਸੇਵਾ ਵਿੱਚ ਰਹਾਂਗਾ, ਸੇਵਾ ਕਰਾਂਗਾ, ਵਿਕਾਸ ਕਰਾਂਗਾ, ਜਿਸ ਨੇ ਪਹਿਲਾਂ ਮੋਬਾਈਲ ਦੀ ਸੇਵਾ ਕੀਤੀ ਹੈ ਉਹ ਤੋਂ ਵਿਕਾਸ ਕਰਾਂਗੇ ਸਾਰੇ ਇਲਾਕੇ ਦਾ। ਬਹੁਤ ਬਹੁਤ ਧੰਨਵਾਦ ਜੀ। ਵੱਲੋਂ
ਸਾਰੀ ਆਈ ਹੋਈ ਸੀਨੀਅਰ ਲੀਡਰਸ਼ਿਪ, ਸਾਡੇ ਮੰਡਲ ਦੇ ਪ੍ਰਧਾਨ ਪਰਮਜੀਤ ਪੰਮਾ ਜੀ, ਹੋਰ ਵੀ ਜਿੰਨੇ ਵੀ ਬੰਦੇ ਮੇਰੇ ਵੀਰ ਦੋਸਤ ਭੈਣਾਂ ਬੀਬੀਆਂ ਮੇਰੇ ਬਜ਼ੁਰਗ ਮੇਰੇ ਵੀਰ ਜਿੰਨੇ ਵੀ ਤੁਸੀਂ ਅੱਜ ਆਏ ਹੋ ਇਸ ਰੈਲੀ ਦੇ ਵਿੱਚ, ਇਸ ਸਿਲਸਿਲੇ ਵਿੱਚ ਮੇਰੇ ਵੱਲੋਂ ਸੰਜੇ ਗਰੋਵਰ ਜੀ ਕੌਂਸਲਰ ਵਾਰਡ ਨੰਬਰ 49, ਮੈਂ ਆਪਣੇ ਵੱਲੋਂ ਸੰਜੇ ਗਰੋਵਰ ਜੀ ਵੱਲੋਂ ਸਾਰਿਆਂ ਦਾ ਅਕਾਲੀ ਦਲ ਔਰ ਬੀਜੇਪੀ ਕੀ ਵਿਕਾਸ ਸਮਝਦੇ ਹੋ ਤੁਸੀਂ ਵਾਰਡ 48 ਦਾ? ਪਹਿਲਾਂ ਕੀ ਵਿਕਾਸ ਸੀ ਤੇ ਹੁਣ ਕਿੰਨਾ ਕੁ ਵਿਕਾਸ ਹੋਇਆ? ਬਹੁਤ ਹੋਇਆ ਜੀ। ਕੀ ਕੀ ਖਾਸ ਗੱਲਾਂ ਇੱਥੇ ਹੋਈਆਂ ਇਸ ਵਾਰਡ ਵਿੱਚ? ਸੜਕਾਂ ਬਣੀਆਂ, ਇੱਧਰੋਂ ਸੀਵਰੇਜ ਸਾਰੇ ਤਿਆਰ ਹੋ ਗਏ, ਪਾਣੀ ਆਉਂਦਾ ਪਿਆ ਬਿਲਕੁਲ ਠੀਕ ਹੈ ਸਾਰੀ। ਕਦੀ ਪਾਰਕ ਵੀ ਸੀਗਾ ਇਸ ਤੋਂ 4-5 ਸਾਲ ਪਹਿਲਾਂ ਇੱਥੇ? ਕਿੰਨੇ ਪਾਰਕ ਹੁਣ ਬਣ ਰਹੇ ਜੀ ਨਵੇਂ? ਕੰਧ ਬਿਲਕੁਲ ਪਿਆ ਸੀ ਸਾਰਾ, ਦੇਖੋ ਸੜਕਾਂ ਕਿੰਨੀਆਂ ਸੋਹਣੀਆਂ ਬਣਾਈਆਂ, ਬਿਜਲੀ ਦੇਖੋ ਕਿੰਨੀ ਮਾਫ ਕਰਾਈ ਇਹਨਾਂ ਨੇ ਸਾਰਿਆਂ ਨੂੰ, ਦਾਣੇ ਗੇਹੂੰ ਉਹਨਾਂ ਨੇ ਅੱਜ ਸਾਰਿਆਂ ਨੇ ਵਿਚਾਰਿਆਂ ਨੇ। ਕਾਂਗਰਸ ਪਾਰਟੀ ਛੱਡ ਕੇ ਸਾਡੇ 19 ਤਰੀਕ ਨੂੰ ਵੋਟਾਂ ਹੋਣੀਆਂ, ਕਿਉਂ ਲੋਕ ਪਾਣ ਵੋਟ ਜੀ ਕਮਲ ਨੂੰ, ਕਿਉਂ ਲੋਕ ਵੋਟ ਪਾਣ? ਤੁਸੀਂ ਜਾਣਦੇ ਹੀ ਹੋ ਜਿਸ ਤਰ੍ਹਾਂ ਨਰਿੰਦਰ ਭਾਈ ਮੋਦੀ ਨੇ ਪੂਰੇ ਦੇਸ਼ ਨੂੰ ਆਪਣੇ ਨਾਲ ਜੋੜਿਆ, ਪੂਰੇ ਦੇਸ਼ ਨੂੰ ਇੱਕ ਰਾਸ਼ਟਰ ਸੁਰੱਖਿਆ ਦੇ ਨਾਮ ਤੇ ਔਰ ਵਰਲਡ ਵਿੱਚ ਪੂਰਾ ਨਾਮ ਕੀਤਾ ਉਹਨਾਂ ਦਾ, ਉਹਨਾਂ ਨੂੰ ਵੋਟ ਪਾਣੀ ਸਾਰਿਆਂ ਦਾ ਫਰਜ਼ ਬਣਦਾ ਹੈ ਔਰ ਸਾਨੂੰ ਜ਼ਰੂਰ ਪਾਣੀ। ਫਗਵਾੜਾ ਵਿੱਚ ਜਿਹੜਾ ਵਿਕਾਸ ਹੈ ਕਿੱਡਾ ਕੁ ਵੱਡਾ ਮੁੱਦਾ ਰਹੇਗਾ ਤੁਹਾਨੂੰ ਲੱਗਦਾ ਇਹਨਾਂ ਚੋਣਾਂ ਵਿੱਚ ਲੋਕ ਵਿਕਾਸ ਨੂੰ ਦੇਖੋਗੇ? ਬਹੁਤ ਜ਼ਿਆਦਾ, ਸਾਡੇ ਸੋਮ ਪ੍ਰਕਾਸ਼ ਕਹਿਣ ਜੀ ਜਦੋਂ ਦੇ MLA ਬਣ ਕੇ ਆਏ ਆ ਫਗਵਾੜਾ ਵਿਕਾਸ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗ ਪਿਆ ਹੈ। ਕੀ ਕਹਿਣਾ ਚਾਹੋਗੇ ਤੁਸੀਂ ਜੀ, ਵਿਕਾਸ ਕਿੰਨਾ ਹੋਇਆ ਇਸ ਵਾਰਡ ਵਿੱਚ? ਬਹੁਤ ਜ਼ਿਆਦਾ ਵਿਕਾਸ ਹੋਇਆ ਇਸ ਵਿੱਚ, ਲਾਈਟਾਂ ਦਾ ਵੀ ਹੋਇਆ, ਸੜਕਾਂ ਦਾ ਵੀ ਹੋਇਆ, ਇਹਨਾਂ ਦੇ ਨਾਲ ਨਾਲ ਇਹਨਾਂ ਨੇ ਖੁਰਾਣਾ ਸਾਹਿਬ ਜੀ ਨੇ ਸਾਰਿਆਂ ਦਾ ਦੁੱਖ ਦੇ ਸਾਂਝੇ ਬਣੇ ਨੇ, ਸਾਰਿਆਂ ਦੁੱਖ ਸੁੱਖ ਦੇ ਵਿੱਚ ਜ਼ਰੂਰ ਕੰਮ ਆਏ, ਕੋਈ ਵੀ ਇਹਨਾਂ ਦੇ ਦਫ਼ਤਰ ਤੋਂ ਖਾਲੀ ਨਹੀਂ ਗਿਆ। ਇਸ ਪਾਸੇ ਦੀ ਗੱਲ ਕਰੀਏ ਤਾਂ ਇੱਕ ਤਰ੍ਹਾਂ ਨਾਲ ਇਹ ਪਾਸਾ ਅਕਾਲੀ ਭਾਜਪਾ ਗੱਠਜੋੜ ਦੀ ਬੈਠ ਰਿਹਾ ਹੈ, ਇਸੇ ਹੀ ਪਾਸੇ ਵਿੱਚ ਅਕਾਲੀ ਦਲ ਦੇ ਕੌਂਸਲਰ ਸਰਬਜੀਤ ਕੌਰ ਨੇ ਅਤੇ ਕਾਂਗਰਸ ਭਾਜਪਾ ਦੇ ਵੀ ਪਰਮਜੀਤ ਸਿੰਘ ਖੁਰਾਨਾ ਕੌਂਸਲਰ ਨੇ, ਨੀਤੂ ਦੁੱਗਲ ਵੀ ਇੱਥੋਂ ਹੀ ਮਿਊਂਸੀਪਲ ਕੌਂਸਲਰ ਨੇ ਅਤੇ ਰਾਜਕੁਮਾਰ ਗੁਪਤਾ ਜੋ ਹੈ ਉਹ ਵੀ ਇਸ ਏਰੀਏ ਤੋਂ ਕੌਂਸਲਰ ਨੇ, ਇਸ ਕਰਕੇ ਅਕਾਲੀ ਭਾਜਪਾ ਗੱਠਜੋੜ ਨੂੰ ਲੱਗਦਾ ਹੈ ਕਿ ਇਸ ਖੇਤਰ ਦੇ ਵਿੱਚ ਉਹ ਵੱਡੀ ਗਿਣਤੀ ਵਿੱਚ ਵੋਟ ਲੈ ਸਕਦੇ ਨੇ। ਅੱਜ ਦੀ ਇਹ ਕਾਮਯਾਬ ਰੈਲੀ ਹੁਣ ਦੇਖਣਾ ਇਹ ਹੈ ਕਿ ਕਿੰਨਾ ਵੋਟਾਂ ਵਿੱਚ ਤਬਦੀਲ ਹੁੰਦੀ ਹੈ ਅਤੇ 19 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਤੇ ਇਸ ਦੇ ਕੀ ਨਤੀਜੇ ਨਿਕਲਣਗੇ। ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।